It's your body holy baba. ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਦੋਸਤ ਜਗਮੀਤ ਬਰਾੜ ਤੇ ਜੀ ਬੋਲੀ ਹੌਲੀ ਬਾਬਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਬਹੁਤ ਬਹੁਤ ਸਵਾਗਤ ਕਰਦਾ। ਦੋਸਤੋ, ਅੱਜ ਮੈਂ ਤੁਹਾਡੇ ਨਾਲ ਆਇਲਸ ਲਿਸਨਿੰਗ ਦੀਆਂ ਇਹ ਟਿਪਸ ਸ਼ੇਅਰ ਕਰਨ ਲੱਗਿਆਂ, ਜੇ ਤੁਸੀਂ ਇਹਨਾਂ ਨੂੰ ਅਪਣਾ ਲਿਆ ਤਾਂ ਆਸਾਨੀ ਨਾਲ ਆਇਲਸ ਲਿਸਨਿੰਗ ਮੋਡਿਊਲ ਵਿੱਚੋਂ 8+ ਬੈਂਡ ਲੈ ਸਕਦੇ ਹੋ। ਤੁਸੀਂ ਮੈਨੂੰ ਇਸ ਵੀਡੀਓ ਲਈ ਕਾਫੀ ਦਿਨਾਂ ਤੋਂ ਫਰਮਾਇਸ਼ ਕਰ ਰਹੇ ਸੀ ਤੇ ਮੈਂ ਅੱਜ ਤੁਹਾਡੇ ਲਈ ਵੀਡੀਓ ਲੈ ਕੇ ਹਾਜ਼ਰ ਹਾਂ। ਇਸ ਤੋਂ ਬਿਨਾਂ ਮੈਂ ਸਾਰੇ ਦੋਸਤਾਂ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਆਪਣੀ ਆਇਲਸ ਰੀਡਿੰਗ ਟਿਪਸ ਵੀਡੀਓ ਨੂੰ ਬਹੁਤ ਪਿਆਰ ਦਿੱਤਾ, ਤੇ ਜਿਨ੍ਹਾਂ ਦੋਸਤਾਂ ਨੇ ਆਇਲਸ ਰੀਡਿੰਗ ਟਿਪਸ ਵੀਡੀਓ ਨਹੀਂ ਵੇਖੀ ਉਹ ਜ਼ਰੂਰ ਵੇਖ ਲੈਣ। ਮੈਂ ਉਸ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦਿੱਤਾ, ਬਾਕੀ ਇਸ ਵੀਡੀਓ ਦੇ ਐਂਡ ਵਿੱਚ ਵੀ ਤੁਹਾਨੂੰ ਵੀਡੀਓ ਦਾ ਲਿੰਕ ਮਿਲ ਜੂ। ਦੋਸਤੋ, ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਫਰਮਾਇਸ਼ ਕਰੂੰਗਾ ਕਿ ਜੇਕਰ ਤੁਸੀਂ ਆਪਣਾ ਚੈਨਲ ਬੋਲੀ ਹੌਲੀ ਬਾਬਾ ਅਜੇ ਤੱਕ ਨਹੀਂ ਸਬਸਕ੍ਰਾਈਬ ਕੀਤਾ ਤਾਂ ਇਸ ਵੀਡੀਓ ਦੇ ਨੀਚੇ ਜੋ ਰੈੱਡ ਕਲਰ ਦਾ ਸਬਸਕ੍ਰਾਈਬ ਦਾ ਬਟਨ ਆ ਰਿਹਾ ਉਸ 'ਤੇ ਆਪਣਾ ਇੱਕ ਪਿਆਰਾ ਜਿਹਾ ਕਲਿੱਕ ਕਰਕੇ ਆਪਣਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ ਅਤੇ ਇਸ ਦੇ ਨਾਲ ਜੋ ਬੈੱਲ ਦਾ ਆਈਕਨ ਆ ਰਿਹਾ ਉਸ 'ਤੇ ਵੀ ਕਲਿੱਕ ਕਰ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ। ਦੋਸਤੋ, ਹੁਣ ਤੁਹਾਡਾ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਆਪਾਂ ਗੱਲ ਕਰਦੇ ਹਾਂ ਟਿਪ ਨੰਬਰ 1 ਦੀ, ਅਤੇ ਟਿਪ ਨੰਬਰ 1 ਇਹ ਹੈ ਕਿ ਰੀਡ ਇੰਸਟਰਕਸ਼ਨਸ ਕੇਅਰਫੁਲੀ, ਕਿਉਂਕਿ ਐਗਜ਼ਾਮ ਵਿੱਚ ਬਹੁਤ ਸਾਰੇ ਸਟੂਡੈਂਟ ਕੀ ਗਲਤੀ ਕਰਦੇ ਆ ਕਿ ਉਹ ਇੰਸਟਰਕਸ਼ਨਸ ਨੂੰ ਧਿਆਨ ਨਾਲ ਨਹੀਂ ਰੀਡ ਕਰਦੇ ਜਿਸ ਕਰਕੇ ਉਹ ਬਹੁਤ ਸਾਰੇ ਆਨਸਰ ਰੋਂਗ ਕਰੇ ਆਉਂਦੇ ਆ, ਕਿਉਂਕਿ ਕਈ ਵਾਰ ਇੰਸਟਰਕਸ਼ਨਸ ਦੇ ਵਿੱਚ ਲਿਖਿਆ ਹੁੰਦਾ ਓਨਲੀ 1 ਵਰਡ, ਮਤਲਬ ਤੁਸੀਂ ਸਿਰਫ 1 ਵਰਡ ਦੇ ਵਿੱਚ ਹੀ ਆਨਸਰ ਦੇਣਾ ਹੁੰਦਾ, ਪਰ ਤੁਸੀਂ ਕੀ ਕਰਦੇ ਆ ਉੱਥੇ ਕਈ ਵਾਰੀ 2 ਜਾਂ 3 ਵਰਡ ਲਿਖੇ ਹੋਣੇ ਜਿਸ ਕਰਕੇ ਤੁਹਾਡਾ ਪੂਰੇ ਦਾ ਪੂਰਾ ਆਨਸਰ ਗਲਤ ਹੋ ਜਾਂਦਾ, ਜਾਂ ਕਈ ਵਾਰ ਓਨਲੀ ਨੰਬਰ ਹੀ ਲਿਖਣੇ ਹੁੰਦੇ ਆ, ਜਾਂ ਨੋਟ ਮੋਰ ਦੈਨ 3 ਵਰਡਸ ਲਿਖਿਆ ਹੁੰਦਾ ਪਰ ਸਟੂਡੈਂਟ ਉੱਥੇ 4 ਜਾਂ 5 ਵਾਰ ਲਿਖ ਦਿੰਦਾ, ਉੱਥੇ ਵੀ ਆਨਸਰ ਗਲਤ ਹੋ ਜਾਂਦਾ। ਸੋ ਹਮੇਸ਼ਾ ਇਸ ਗੱਲ ਦਾ ਧਿਆਨ ਰੱਖਣਾ ਕਿ ਜਦੋਂ ਵੀ ਤੁਸੀਂ ਲਿਸਨਿੰਗ ਐਗਜ਼ਾਮ ਕਰਨ ਲੱਗੇ ਹੋ ਤਾਂ ਉੱਥੇ ਪਹਿਲਾਂ ਇੰਸਟਰਕਸ਼ਨ ਨੂੰ ਧਿਆਨ ਨਾਲ ਪੜ੍ਹ ਲਓ ਅਤੇ ਜਿੰਨੇ ਵਰਡ ਉਹਨਾਂ ਨੇ ਕਹੇ ਆ ਸਿਰਫ ਉਨੇ ਵਰਡਸ ਦੇ ਵਿੱਚ ਹੀ ਆਨਸਰ ਦਿਓ। ਦੋਸਤੋ, ਟਿਪ ਨੰਬਰ 2 ਇਹ ਹੈ ਕਿ ਰੀਡ ਕੁਐਸਚਨਸ ਬਿਫੋਰ ਸਟਾਰਟਿੰਗ ਦੀ ਆਡੀਓ ਟਾਕ। ਦੋਸਤੋ, ਤੁਹਾਡੇ ਕੋਲ ਐਗਜ਼ਾਮ ਦੇ ਸਟਾਰਟ ਵਿੱਚ ਲਗਭਗ 2 ਮਿੰਟ ਤੋਂ ਜ਼ਿਆਦਾ ਦਾ ਸਮਾਂ ਹੁੰਦਾ ਜਦੋਂ ਆਡੀਓ ਵਿੱਚ ਤੁਹਾਨੂੰ ਐਗਜ਼ਾਮ ਪੈਟਰਨ ਰਿਗਾਰਡਿੰਗ ਇੰਸਟਰਕਸ਼ਨਸ ਦਿੱਤੀਆਂ ਜਾਂਦੀਆਂ, ਸੋ ਤੁਸੀਂ ਉਸ ਸਮੇਂ ਦਾ ਸਹੀ ਬੈਨੀਫਿਟ ਲੈ ਸਕਦੇ ਹੋ। ਜਿਵੇਂ ਆਪਾਂ ਜਾਣਦੇ ਹਾਂ ਕਿ ਪਹਿਲਾ ਸੈਕਸ਼ਨ ਬਹੁਤ ਈਜ਼ੀ ਹੁੰਦਾ ਪਰ 3rd ਤੇ 4th ਸੈਕਸ਼ਨ ਟਫ ਹੁੰਦਾ, ਕਿਉਂਕਿ ਉਹਨਾਂ ਵਿੱਚ ਮਲਟੀਪਲ ਚੋਇਸ ਕੁਐਸਚਨ ਹੁੰਦੇ ਆ। ਸੋ ਤੁਸੀਂ ਇਹ ਕਰ ਸਕਦੇ ਹੋ ਕਿ ਜਦੋਂ ਸਪੀਕਰ ਇੰਸਟਰਕਸ਼ਨ ਦੇ ਰਿਹਾ ਤੁਸੀਂ ਜਲਦੀ ਜਲਦੀ 1st ਸੈਕਸ਼ਨ ਦੇ 1st 5 ਕੁਐਸਚਨ ਰੀਡ ਕਰਕੇ ਡਾਇਰੈਕਟਲੀ ਤੁਸੀਂ 3rd ਸੈਕਸ਼ਨ ਤੇ ਚਲੇ ਜਾਓ ਤੇ ਜੋ ਮਲਟੀਪਲ ਚੋਇਸ ਕੁਐਸਚਨ ਆ ਉਹਨਾਂ ਨੂੰ ਰੀਡ ਕਰਕੇ ਤੇ ਕੀਵਰਡ ਅੰਡਰਲਾਈਨ ਕਰਕੇ ਤੇ ਨਾਲ ਹੀ ਉਹਨਾਂ ਦੇ ਵਿੱਚ ਜੋ ਆਨਸਰ ਆਪਸ਼ਨਸ ਨੇ ਉਹਨਾਂ ਦੇ ਕੀਵਰਡ ਵੀ ਸਰਕਲ ਕਰ ਲਓ। ਇਸ ਨਾਲ ਤੁਸੀਂ ਵੇਖੋਗੇ ਕਿ ਤੁਹਾਡੇ ਬਹੁਤ ਸਾਰੇ ਮਲਟੀਪਲ ਚੋਇਸ ਕੁਐਸਚਨ ਠੀਕ ਹੋ ਜਾਣਗੇ। ਜਦੋਂ ਸਪੀਕਰ ਐਗਜ਼ਾਮਪਲ ਦੇਣੀ ਸਟਾਰਟ ਕਰੇ ਤਾਂ ਤੁਹਾਨੂੰ ਇਮੀਡੀਏਟਲੀ ਵਾਪਸ 1st ਸੈਕਸ਼ਨ ਤੇ ਚਲੇ ਜਾਣਾ ਚਾਹੀਦਾ ਤੇ ਫਿਰ ਪੂਰੇ ਫੋਕਸ ਨਾਲ ਟਾਕ ਸੁਣਨੀ ਚਾਹੀਦੀ ਆ। ਫਰੈਂਡਸ, 3rd ਨੰਬਰ ਟਿਪ ਇਹ ਹੈ ਕਿ ਯੂ ਸ਼ੁੱਡ ਆਲਵੇਜ਼ ਪ੍ਰੀਵਿਊ ਕੁਐਸਚਨ, ਨੈਵਰ ਟੂ ਰਿਵਿਊ ਡਿਊਰਿੰਗ ਟਾਕ। ਦੋਸਤੋ, ਇੱਥੇ ਇਹ ਟਿਪ ਬਹੁਤ ਹੀ ਇੰਪੋਰਟੈਂਟ ਆ ਜੋ ਤੁਹਾਡੇ ਬੈਂਡ ਇੰਪਰੂਵ ਕਰਨ ਵਿੱਚ ਹੈਲਪ ਕਰ ਸਕਦੀ ਆ ਕਿ ਤੁਹਾਨੂੰ ਜਦੋਂ ਵੀ ਸਪੀਕਰ ਟਾਈਮ ਦਿੰਦਾ ਕੋਈ ਵੀ ਸੈਕਸ਼ਨ ਜਾਂ 5 ਕੁਐਸਚਨ ਕੰਪਲੀਟ ਹੋਣ ਤੋਂ ਬਾਅਦ ਕਿ ਨਾਓ ਯੂ ਕੈਨ ਰਿਵਿਊ ਯੂਅਰ ਆਨਸਰਸ, ਸੋ ਉਸ ਸਮੇਂ ਤੁਹਾਨੂੰ ਕਦੇ ਵੀ ਬੈਕ ਜੋ ਆਨਸਰ ਦਿੱਤੇ ਸਨ ਉਹਨਾਂ ਵੱਲ ਨਹੀਂ ਜਾਣਾ ਚਾਹੀਦਾ, ਸਗੋਂ ਅੱਗੇ ਜੋ ਕੁਐਸਚਨ ਨੇ ਉਹਨਾਂ ਨੂੰ ਰੀਡ ਕਰਨਾ ਚਾਹੀਦਾ। ਬਾਕੀ ਜੇ ਜ਼ਿਆਦਾ ਹੀ ਇੰਪੋਰਟੈਂਟ ਹੋਵੇ ਕਿ ਤੁਹਾਨੂੰ ਆਨਸਰ ਪਤਾ ਤੇ ਲਿਖਣਾ ਬਾਕੀ ਹੈ ਤਾਂ ਤੁਸੀਂ ਜਲਦੀ ਜਲਦੀ ਉਸ ਨੂੰ ਕੰਪਲੀਟ ਕਰਕੇ ਅੱਗੇ ਵਧੋ। ਇਸ ਨਾਲ ਤੁਸੀਂ ਜੋ ਨੈਕਸਟ ਕੁਐਸਚਨ ਹੋਣਗੇ ਈਜ਼ਲੀ ਰੀਡ ਕਰ ਸਕਦੇ ਆ ਤੇ ਆਨਸਰ ਕਰੈਕਟ ਹੋਣ ਦੇ ਚਾਂਸ ਵੀ ਡਬਲ ਹੋ ਜਾਂਦੇ ਆ। ਦੋਸਤੋ, 4 ਨੰਬਰ ਟਿਪ ਇਹ ਹੈ ਕਿ ਆਲਵੇਜ਼ ਅੰਡਰਲਾਈਨ ਕੀਵਰਡ ਇਨ ਕੁਐਸਚਨ ਐਂਡ ਲਿਸਨ ਫੋਰ ਦੋਜ਼ ਕੀਵਰਡਸ। ਫਰੈਂਡਸ, ਜਦੋਂ ਤੁਸੀਂ ਕੁਐਸਚਨ ਰੀਡ ਕਰਦੇ ਹੋ ਤਾਂ ਹਮੇਸ਼ਾ ਵੇਖਿਆ ਕਰੋ ਕਿ ਇਸ ਕੁਐਸਚਨ ਵਿੱਚ ਮੇਨ ਵਰਡ ਕੀ ਆ, ਸੋ ਉਸ ਮੇਨ ਵਰਡ ਨੂੰ ਕੀਵਰਡ ਕਹਿੰਦੇ ਆ, ਤੇ ਇਹ ਬਹੁਤ ਹੀ ਜ਼ਰੂਰੀ ਹੈ ਕਿ ਜਦੋਂ ਵੀ ਤੁਸੀਂ ਕੁਐਸਚਨ ਰੀਡ ਕਰੋ ਕੀਵਰਡਸ ਨੂੰ ਅੰਡਰਲਾਈਨ ਜਾਂ ਸਰਕਲ ਕਰ ਲਓ ਤਾਂ ਜੋ ਜਦੋਂ ਸਪੀਕਰ ਉਸ ਕੀਵਰਡ ਬਾਰੇ ਗੱਲ ਕਰੇ ਤਾਂ ਤੁਹਾਨੂੰ ਡਾਇਰੈਕਟਲੀ ਪਤਾ ਲੱਗ ਜਾਵੇ। ਇੱਥੇ ਇੱਕ ਗੱਲ ਹੋਰ ਵੀ ਧਿਆਨ ਦੇਣ ਯੋਗ ਆ ਕਿ ਆਇਲਸ ਵਿੱਚ ਸਪੀਕਰ ਬਹੁਤ ਵਾਰ ਜੋ ਅਸੀਂ ਕੀਵਰਡ ਅੰਡਰਲਾਈਨ ਕੀਤੇ ਹੁੰਦੇ ਆ ਉਹਨਾਂ ਦੇ ਸਿਨੋਨਿਮਸ ਜਾਣੀ ਉਸ ਵਰਡ ਨਾਲ ਮਿਲਦੇ ਜੁਲਦੇ ਵਰਡ ਬੋਲਦਾ, ਇਸ ਲਈ ਜਦੋਂ ਅਸੀਂ ਕੀਵਰਡ ਅੰਡਰਲਾਈਨ ਕਰਦੇ ਹਾਂ ਤਾਂ ਸਾਨੂੰ ਇਹ ਵੀ ਸੋਚਣਾ ਚਾਹੀਦਾ ਕਿ ਇਸ ਦੇ ਸਿਮੀਲਰ ਵਰਡ ਹੋਰ ਕੀ ਹੋ ਸਕਦੇ ਆ, ਇਸ ਨਾਲ ਤੁਹਾਡੀ ਐਕੂਰੇਟ ਆਨਸਰ ਦੇਣ ਦੀ ਕਪੈਸਿਟੀ ਡਬਲ ਹੋ ਜਾਂਦੀ ਆ। ਦੋਸਤੋ, 5 ਨੰਬਰ ਟਿਪ ਆ ਲਿਸਨ ਟਾਕ ਟਿਲ ਦੀ ਐਂਡ। ਫਰੈਂਡਸ, 40% ਸਟੂਡੈਂਟ ਦੇ ਲਿਸਨਿੰਗ ਵਿੱਚੋਂ ਘੱਟ ਬੈਂਡ ਆਉਣ ਦਾ ਕਾਰਨ ਇਹੀ ਆ ਕਿ ਉਹ ਸਪੀਕਰ ਦੀ ਗੱਲ ਪੂਰੀ ਨਹੀਂ ਸੁਣਦੇ ਤੇ ਆਨਸਰ ਰਾਈਟ ਕਰਕੇ ਨੈਕਸਟ ਕੁਐਸਚਨ ਤੇ ਚਲੇ ਜਾਂਦੇ ਆ, ਪਰ ਆਇਲਸ ਵਿੱਚ 70-80% ਇਹ ਚਾਂਸ ਹੁੰਦੇ ਆ ਕਿ ਸਪੀਕਰ ਕਰੈਕਟ ਆਨਸਰ ਹਮੇਸ਼ਾ ਐਂਡ ਤੇ ਬੋਲਦਾ। ਜਾਂ ਤੁਸੀਂ ਨੋਟ ਕੀਤਾ ਹੋਵੇ ਕਿ 1st ਸੈਕਸ਼ਨ ਵਿੱਚ ਸਪੀਕਰ ਪਹਿਲਾਂ ਕੋਈ ਹੋਰ ਡੇਟ ਦੱਸ ਦਿੰਦਾ ਤੇ ਫਿਰ ਉਹ ਕਹਿ ਦਿੰਦਾ ਉਹ ਆਈ ਐਮ ਸੌਰੀ ਕਰੈਕਟ ਡੇਟ ਇਜ਼ ਦਿਸ, ਜਾਂ ਮੋਬਾਈਲ ਨੰਬਰ ਬੋਲਣ ਸਮੇਂ ਵੀ ਉਹ ਕਰੈਕਸ਼ਨ ਐਂਡ ਤੇ ਕਰਦਾ, ਜਿਵੇਂ ਉਹ ਕਹਿੰਦਾ ਉਹ ਆਈ ਐਮ ਸੌਰੀ ਕਰੈਕਟ ਐਕਸਟੈਂਸ਼ਨ ਇਜ਼ O112 ਇਨਸਟੈਡ ਆਫ O111। ਸੋ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਬਹੁਤ ਹੀ ਜ਼ਰੂਰੀ ਆ। ਫਰੈਂਡਸ, ਹੁਣ ਆਪਾਂ ਗੱਲ ਕਰਦੇ ਹਾਂ ਟਿਪ ਨੰਬਰ 6 ਦੀ, ਆਲਵੇਜ਼ ਕੀਪ ਇਨ ਮਾਈਂਡ ਵਟ ਵੁੱਡ ਬੀ ਦੀ ਆਨਸਰ ਸਿੰਗਲਰ ਔਰ ਪਲੂਰਲ।
ਲਿਸਨ ਕੇਅਰਫੁਲੀ ਟੂ ਦੀ ਸਪੀਕਰ। ਦੋਸਤੋ ਬਹੁਤ ਸਾਰੇ ਸਟੂਡੈਂਟ ਦੇ ਆਂਸਰ ਤਾਂ ਰੋਂਗ ਹੋ ਜਾਂਦੇ ਆ ਕਿਉਂਕਿ ਉਹ ਜਦੋਂ ਆਂਸਰ ਸੁਣਦੇ ਆ ਤਾਂ ਉਹ ਸਿੰਗਲਰ ਜਾਂ ਪਲੂਰਲ ਦਾ ਧਿਆਨ ਨਹੀਂ ਰੱਖਦੇ, ਇਸ ਕਾਰਨ ਉਹ ਕਈ ਵਾਰ ਐਸ ਜਾਂ ਈਐਸ ਨਹੀਂ ਲਾਉਂਦੇ ਜਾਂ ਕਈ ਵਾਰ ਐਸ ਜਾਂ ਈਐਸ ਨਹੀਂ ਲਾਉਣੀ ਹੁੰਦੀ ਉਹ ਲਾ ਦਿੰਦੇ ਆ। ਫਰੈਂਡਸ, ਖਾਸ ਤੌਰ 'ਤੇ ਜਦੋਂ ਤੁਸੀਂ ਫਿਲਿੰਗ ਦੀ ਬਲੈਂਕਸ ਵਾਲੇ ਕੁਐਸਚਨ ਕਰਦੇ ਹੋ ਤਾਂ ਕੁਐਸਚਨ ਦਾ ਆਂਸਰ ਰਾਈਟ ਕਰਨ ਲੱਗਿਆਂ ਧਿਆਨ ਜ਼ਰੂਰ ਰੱਖਿਆ ਕਰੋ ਕਿ ਲਾਈਨ ਦੀ ਸੈਂਸ ਕੀ ਬਣਦੀ ਆ ਅਤੇ ਇਸ ਵਿੱਚ ਸਿੰਗੂਲਰ ਵਰਡ ਆਊ ਜਾਂ ਪਲੂਰਲ ਵਰਡ। ਬਾਕੀ ਨਾਲ ਹੀ ਗ੍ਰਾਮਰ ਦਾ ਧਿਆਨ ਰੱਖਣਾ ਵੀ ਬਹੁਤ ਜ਼ਰੂਰੀ ਆ ਕਿਉਂਕਿ ਜੇਕਰ ਬਲੈਂਕ ਦੇ ਸਾਹਮਣੇ ਹੈਜ਼ ਹੈਵ ਲੱਗਿਆ ਤਾਂ ਸਾਨੂੰ ਪਤਾ ਹੋਣਾ ਚਾਹੀਦਾ ਕਿ ਥਰਡ ਫਾਰਮ ਲੱਗਣੀ ਆ। ਫਰੈਂਡਸ, 7 ਨੰਬਰ ਟਿੱਪ ਹੈ ਕਿ ਲਰਨ ਕਾਮਨ ਸਪੈਲਿੰਗ ਬਿਫੋਰ ਗਿਵਿੰਗ ਐਗਜ਼ਾਮ। ਦੋਸਤੋ, ਆਈਲੈਟਸ ਇੱਕ ਅਜਿਹਾ ਐਗਜ਼ਾਮ ਆ ਜਿਸ ਵਿੱਚ ਬੰਦਾ ਹਰ ਸੈਕਸ਼ਨ ਵਿੱਚ ਪਰਫੈਕਟ ਹੋਣਾ ਚਾਹੀਦਾ, ਸੋ ਇਹ ਬਹੁਤ ਹੀ ਜ਼ਰੂਰੀ ਹੈ ਕਿ ਜੋ ਆਂਸਰ ਤੁਸੀਂ ਰਾਈਟ ਕਰ ਰਹੇ ਹੋ ਉਸਦੇ ਸਪੈਲਿੰਗ 100% ਕਰੈਕਟ ਹੋਣ ਕਿਉਂਕਿ ਜੇਕਰ ਤੁਸੀਂ ਛੋਟੀ ਜਿਹੀ ਵੀ ਸਪੈਲਿੰਗ ਮਿਸਟੇਕ ਕੀਤੀ ਤਾਂ ਤੁਹਾਡਾ ਆਂਸਰ ਰੋਂਗ ਹੋ ਜਾਣਾ, ਚਾਹੇ ਤੁਹਾਨੂੰ ਉਸਦਾ ਸਹੀ ਪਤਾ ਲੱਗ ਗਿਆ ਸੀ ਕਿ ਆਂਸਰ ਕੀ ਲਿਖਣਾ। ਫੋਰ ਐਗਜ਼ਾਮਪਲ, ਸਪੀਕਰ ਨੇ ਡੇਟ ਬੋਲੀ ਆ February 19, ਪਰ ਜੇ ਤੁਸੀਂ ਫੈਬਰੁਅਰੀ ਦੇ ਸਪੈਲਿੰਗ ਰੋਂਗ ਲਿਖੇ ਤਾਂ ਆਂਸਰ ਗਲਤ ਹੋ ਜੂ। ਸੋ ਐਗਜ਼ਾਮ ਦੇਣ ਤੋਂ ਪਹਿਲਾਂ ਇਹ ਨਿਸ਼ਚਿਤ ਕਰੋ ਕਿ ਜਿਨ੍ਹਾਂ ਸਪੈਲਿੰਗਸ ਵਿੱਚ ਤੁਹਾਨੂੰ ਡਾਊਟ ਰਹਿੰਦਾ ਉਹਨਾਂ ਦੀ ਇੱਕ ਲਿਸਟ ਬਣਾਓ ਅਤੇ ਜਦੋਂ ਵੀ ਟਾਈਮ ਮਿਲੇ ਡੇਲੀ ਉਹਨਾਂ ਨੂੰ ਇੱਕ ਵਾਰ ਜ਼ਰੂਰ ਪੜ੍ਹੋ। ਇਸ ਨਾਲ ਤੁਸੀਂ ਘੱਟੋ ਘੱਟ ਐਗਜ਼ਾਮ ਵਿੱਚ 3 ਤੋਂ 4 ਆਂਸਰ ਵੱਧ ਠੀਕ ਕਰ ਸਕਦੇ ਹੋ। ਇਸ ਦੇ ਨਾਲ ਹੀ ਮੈਂ ਤੁਹਾਨੂੰ ਇਹ ਵੀ ਰੀਕਮੈਂਡ ਕਰੂੰਗਾ ਕਿ ਤੁਹਾਨੂੰ ਬ੍ਰਿਟਿਸ਼ ਐਕਸੈਂਟ ਵਿੱਚ ਅਲਫਾਬੈਟਸ ਅਤੇ ਨੰਬਰਸ ਨੂੰ ਚੰਗੀ ਤਰ੍ਹਾਂ ਲਰਨ ਕਰਨਾ ਚਾਹੀਦਾ ਕਿਉਂਕਿ ਉਹਨਾਂ ਦਾ ਐਕਸੈਂਟ ਸਾਡੇ ਤੋਂ ਵੱਖਰਾ। ਇਸ ਤਰ੍ਹਾਂ ਕਰਨ ਨਾਲ ਜਦੋਂ ਕੋਈ ਬ੍ਰਿਟਿਸ਼ ਸਪੀਕਰ ਕੋਈ ਵੀ ਵਰਡ ਜਾਂ ਨੰਬਰ ਬੋਲੂਗਾ ਤਾਂ ਤੁਸੀਂ ਈਜ਼ੀਲੀ ਆਂਸਰ ਲਿਖ ਸਕਦੇ ਹੋ ਤੇ ਅੰਡਰਸਟੈਂਡ ਕਰ ਸਕਦੇ ਹੋ। ਦੋਸਤੋ, 8 ਨੰਬਰ ਟਿੱਪ ਹੈ ਕਿ ਲਿਸਨ ਐਂਡ ਰੀਡ ਆਡੀਓ ਸਕ੍ਰਿਪਟ ਐਵਰੀ ਡੇ। ਫਰੈਂਡਸ, ਇਹ ਲਾਸਟ ਬਟ ਨੋਟ ਲੀਸਟ ਟਿਪ ਆ ਕਿ ਜਦੋਂ ਤੁਸੀਂ ਕੋਈ ਵੀ ਲਿਸਨਿੰਗ ਟੈਸਟ ਕਰਦੇ ਹੋ ਤਾਂ ਪੂਰਾ ਟੈਸਟ ਕੰਪਲੀਟ ਕਰਨ ਤੋਂ ਬਾਅਦ ਇਹ ਜ਼ਰੂਰ ਕਰਿਆ ਕਰੋ ਕਿ ਉਸਦੀ ਟ੍ਰਾਂਸਕ੍ਰਿਪਟ ਨੂੰ ਚੰਗੀ ਤਰ੍ਹਾਂ ਦੁਬਾਰਾ ਰੀਡ ਅਤੇ ਲਿਸਨ ਕਰਿਆ ਕਰੋ। ਇਸ ਨੂੰ ਇਸ ਤਰ੍ਹਾਂ ਕਰ ਸਕਦੇ ਹੋ ਕਿ ਪਹਿਲਾਂ ਇੱਕ ਵਾਰ ਤੁਸੀਂ ਇਕੱਲੀ ਟ੍ਰਾਂਸਕ੍ਰਿਪਟ ਨੂੰ ਲਾਊਡਲੀ ਰੀਡ ਕਰੋ ਅਤੇ ਜੋ ਵਰਡ ਨਹੀਂ ਪਤਾ ਲੱਗਿਆ ਉਹਨਾਂ ਨੂੰ ਅੰਡਰਲਾਈਨ ਕਰਦੇ ਜਾਓ ਅਤੇ ਅੰਤ ਵਿੱਚ ਉਹਨਾਂ ਨੂੰ ਕਿਸੇ ਵੀ ਕਾਪੀ ਦੇ ਉੱਪਰ ਨੋਟ ਕਰ ਲਓ, ਫਿਰ ਉਹਨਾਂ ਦੇ ਮੀਨਿੰਗ ਡਿਕਸ਼ਨਰੀ ਵਿੱਚੋਂ ਫਾਈਂਡ ਆਊਟ ਕਰੋ। ਇਸ ਨਾਲ ਤੁਹਾਡੀ ਵੋਕੈਬਲਰੀ ਵੀ ਸਟਰੋਂਗ ਹੋਊਗੀ। ਇਸ ਤੋਂ ਬਾਅਦ ਆਡੀਓ ਟੇਪ ਨੂੰ ਪਲੇ ਕਰੋ ਅਤੇ ਹੁਣ ਤੁਸੀਂ ਲਿਸਨਿੰਗ ਅਤੇ ਰੀਡਿੰਗ ਨਾਲ ਨਾਲ ਕਰਨੀ ਆ, ਮੀਨਸ ਜੋ ਟ੍ਰਾਂਸਕ੍ਰਿਪਟ ਵਿੱਚ ਲਿਖਿਆ ਉਸ ਨੂੰ ਆਡੀਓ ਦੇ ਨਾਲ ਫੋਲੋ ਕਰੋ। ਇਸ ਨਾਲ ਇਹ ਹੋਵੇਗਾ ਕਿ ਤੁਹਾਡੀ ਇੰਗਲਿਸ਼ ਅੰਡਰਸਟੈਂਡਿੰਗ, ਲਿਸਨਿੰਗ ਅਤੇ ਵੋਕੈਬਲਰੀ ਵੀ ਇੰਪਰੂਵ ਹੋਵੇਗੀ। ਇਸ ਦਾ ਇੱਕ ਬੈਨੀਫਿਟ ਇਹ ਵੀ ਹੈ ਕਿ ਜਦੋਂ ਤੁਸੀਂ ਲਿਸਨਿੰਗ ਅਤੇ ਟੈਕਸਟ ਰੀਡਿੰਗ ਇਕੱਠੀ ਕਰਦੇ ਹੋ ਤਾਂ ਤੁਹਾਨੂੰ ਵਰਡ ਪ੍ਰੋਨਾਂਸੀਏਸ਼ਨ ਦਾ ਵੀ ਪਤਾ ਲੱਗਦਾ ਅਤੇ ਤੁਸੀਂ ਕਿੱਥੇ ਰੋਂਗ ਵਰਡ ਪ੍ਰੋਨਾਂਸ ਕੀਤਾ ਸੀ। ਇਸ ਨਾਲ ਤੁਹਾਡੀ ਸਪੀਕਿੰਗ ਵੀ ਇੰਪਰੂਵ ਹੁੰਦੀ ਆ। ਮੈਂ ਤੁਹਾਨੂੰ ਇੱਥੇ ਇੱਕ ਬੋਨਸ ਟਿਪ ਵੀ ਦੇਣੀ ਚਾਹੂੰਗਾ ਕਿ ਤੁਸੀਂ ਆਪਣੀ ਇਹ ਹੈਬਿਟ ਬਣਾ ਲਓ ਕਿ ਤੁਸੀਂ ਰੋਜ਼ ਇੱਕ ਇੰਗਲਿਸ਼ ਮੂਵੀ ਵੇਖਣੀ ਆ ਜਾਂ ਕੋਈ ਤੁਸੀਂ ਟੀਵੀ ਸੀਰੀਜ਼ ਦੇਖਣੀ ਆ ਜਾਂ ਤੁਸੀਂ ਪੋਡਕਾਸਟ ਸੁਣ ਸਕਦੇ ਹੋ ਜਾਂ ਤੁਸੀਂ ਇੰਗਲਿਸ਼ ਨਿਊਜ਼ ਸੁਣਨੀਆਂ ਸ਼ੁਰੂ ਕਰ ਦਿਓ। ਇਸ ਨਾਲ ਤੁਹਾਡੀ ਲਿਸਨਿੰਗ ਬਹੁਤ ਜ਼ਿਆਦਾ ਇੰਪਰੂਵ ਹੋਊਗੀ ਅਤੇ ਇਸ ਦੇ ਨਾਲ ਨਾਲ ਤੁਹਾਡੇ ਜਿਹੜੇ ਰਾਈਟਿੰਗ ਰੀਡਿੰਗ ਮਡਿਊਲ ਆ ਉਹਨਾਂ ਵਿੱਚ ਵੀ ਬਹੁਤ ਜ਼ਿਆਦਾ ਅੰਤਰ ਤੁਸੀਂ ਦੇਖੋਗੇ, ਇੰਪਰੂਵਮੈਂਟ ਦੇਖੋਗੇ, ਤੁਹਾਡੀ ਸਪੀਕਿੰਗ ਵੀ ਬਹੁਤ ਜ਼ਿਆਦਾ ਇੰਪਰੂਵ ਹੋ ਜੂਗੀ। ਅਤੇ ਦੋਸਤੋ, ਇੱਕ ਗੱਲ ਮੈਂ ਤੁਹਾਨੂੰ ਇੱਥੇ ਹੋਰ ਦੱਸਣੀ ਚਾਹੁੰਦਾ ਕਿ ਜੇਕਰ ਤੁਸੀਂ ਆਪਣੇ ਕਿਸੇ ਵੀ ਦੋਸਤ ਮਿੱਤਰ ਨੂੰ ਮੈਸੇਜ ਕਰਦੇ ਹੋ ਤਾਂ ਤੁਸੀਂ ਇਹ ਨਿਸ਼ਚਿਤ ਕਰੋ ਕਿ ਅੱਜ ਜੋ ਤੁਸੀਂ ਆਪਣੇ ਕਿਸੇ ਵੀ ਫਰੈਂਡ ਨੂੰ ਜਦੋਂ ਮੈਸੇਜ ਕਰਨਾ ਜਾਂ ਈਮੇਲ ਕਰਨੀ ਤਾਂ ਉਹਨੂੰ ਇੰਗਲਿਸ਼ ਵਿੱਚ ਕਰਨੀ ਹੈ, ਜੇ ਤੁਸੀਂ ਚੈਟ ਕਰਨੀ ਵਟਸਐਪ 'ਤੇ ਤਾਂ ਤੁਸੀਂ ਉਹ ਵੀ ਇੰਗਲਿਸ਼ ਵਿੱਚ ਕਰਨੀ ਆ। ਤੁਸੀਂ ਦੇਖੋਗੇ ਕਿ ਕੁਝ ਦਿਨਾਂ ਵਿੱਚ ਤੁਹਾਡੀ ਬਹੁਤ ਜ਼ਿਆਦਾ ਇੰਪਰੂਵਮੈਂਟ ਹੋਊਗੀ ਇੰਗਲਿਸ਼ ਵਿੱਚ ਅਤੇ ਫਿਰ ਤੁਸੀਂ ਆਈਲੈਟਸ ਵਿੱਚੋਂ 8 ਬੈਂਡ ਪੱਕਾ ਲੈ ਸਕਦੇ ਹੋ, ਤੁਹਾਨੂੰ ਕੋਈ ਨਹੀਂ ਰੋਕ ਸਕਦਾ। ਦੋਸਤੋ, ਮੈਂ ਅੰਤ ਵਿੱਚ ਇਹੀ ਕਹੂੰਗਾ ਕਿ ਬੇਹਿੰਮਤੇ ਨੇ ਉਹ ਲੋਕ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਨਾਲ ਅਤੇ ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ ਅਤੇ ਮੰਜ਼ਲ ਦੇ ਮੱਥੇ ਦੇ ਉੱਤੇ ਤਖ਼ਤੀ ਲੱਗਦੀ ਉਹਨਾਂ ਦੀ ਜਿਹੜੇ ਘਰੋਂ ਬਣਾ ਕੇ ਤੁਰਦੇ ਨਕਸ਼ੇ ਆਪਣੇ ਸਫ਼ਰਾਂ ਦੇ। ਸੋ ਦੋਸਤੋ, ਕਦੇ ਵੀ ਹਿੰਮਤ ਨਾ ਹਾਰੋ, ਮਿਹਨਤ ਕਰਦੇ ਰਹੋ, ਤੁਸੀਂ ਜ਼ਰੂਰ ਹੀ ਆਇਲਸ ਵਿੱਚੋਂ ਵਧੀਆ ਬੈਂਡ ਲੈ ਲਓਗੇ। ਮੈਂ ਤੁਹਾਨੂੰ ਰਿਕੁਐਸਟ ਕਰੂੰਗਾ ਕਿ ਜੇਕਰ ਵੀਡੀਓ ਵਧੀਆ ਲੱਗੀ ਤਾਂ ਆਪਣੇ ਦੋਸਤ ਮਿੱਤਰਾਂ ਨਾਲ ਜ਼ਰੂਰ ਸ਼ੇਅਰ ਕਰੋ ਤਾਂ ਜੋ ਉਹ ਵੀ ਆਇਲਸ ਵਿੱਚੋਂ ਚੰਗੇ ਬੈਂਡ ਲੈ ਸਕਣ। ਅਤੇ ਦੋਸਤੋ, ਵੀਡੀਓ ਨੂੰ ਲਾਈਕ ਕਰਕੇ ਤੁਸੀਂ ਮੇਰਾ ਹੌਸਲਾ ਵਧਾ ਸਕਦੇ ਹੋ ਅਤੇ ਕਮੈਂਟ ਵਿੱਚ ਜ਼ਰੂਰ ਦੱਸਿਓ ਵੀਡੀਓ ਕਿਵੇਂ ਲੱਗੀ ਅਤੇ ਨੈਕਸਟ ਵੀਡੀਓ ਆਪਾਂ ਰਾਈਟਿੰਗ ਟਿਪਸ 'ਤੇ ਬਣਾਈਏ ਜਾਂ ਸਪੀਕਿੰਗ ਬਾਰੇ ਨੀਚੇ ਕਮੈਂਟ ਕਰਕੇ ਜ਼ਰੂਰ ਦੱਸਿਓ। ਦੋਸਤੋ, ਅੰਤ ਵਿੱਚ ਮੈਂ ਤੁਹਾਨੂੰ ਫਰਮਾਇਸ਼ ਕਰੂੰਗਾ, ਜੇਕਰ ਤੁਸੀਂ ਆਪਣਾ ਚੈਨਲ ਬੋਲੀ ਹੌਲੀ ਬਾਬਾ ਅਜੇ ਤੱਕ ਨਹੀਂ ਸਬਸਕ੍ਰਾਈਬ ਕੀਤਾ ਤਾਂ ਇਸ ਵੀਡੀਓ ਦੇ ਨੀਚੇ ਜੋ ਰੈੱਡ ਕਲਰ ਦਾ ਸਬਸਕ੍ਰਾਈਬ ਦਾ ਬਟਨ ਆ ਰਿਹਾ ਉਸ 'ਤੇ ਆਪਣਾ ਇੱਕ ਪਿਆਰਾ ਜਿਹਾ ਕਲਿੱਕ ਕਰਕੇ ਆਪਣਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ ਅਤੇ ਇਸ ਦੇ ਨਾਲ ਜੋ ਬੈੱਲ ਦਾ ਆਈਕਨ ਆ ਰਿਹਾ ਉਸ 'ਤੇ ਵੀ ਕਲਿੱਕ ਕਰ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ। ਸੋ ਜੀ, ਇੰਨੇ ਸ਼ਬਦਾਂ ਨਾਲ ਆਪਣੇ ਦੋਸਤ ਜਗਮੀਤ ਬਰਾੜ ਨੂੰ ਦਿਓ ਇਜਾਜ਼ਤ, ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ। ਤੁਸੀਂ ਖੁਸ਼ ਰਹੋ, ਤੰਦਰੁਸਤ ਰਹੋ, ਸਤਿ ਸ਼੍ਰੀ ਅਕਾਲ ਜੀ।